ਲੰਡਨ ਬਿਊਟੀ ਸੈਂਟਰ ਰਣਜੀਤ ਐਵਨਿਊ, ਜੋ ਕਿ ਇੰਟਰਨੈਸ਼ਨਲ ਬਿਊਟੀ ਐਂਡ ਵੈਲਨੈਸ ਇੰਸਟੀਟਿਊਟ ਦੀ ਚੇਨ ਹੈ ਅਤੇ ਸਿਪਟੈਕ UK ਵੱਲੋਂ ਰੈਕਗਨਾਈਜ਼ਡ ਹੈ। ਸ਼ਨੀਵਾਰ ਨੂੰ ਲੰਡਨ ਬਿਊਟੀ ਸੈਂਟਰ ਵੱਲੋਂ ਡਾਇਰੈਕਟਰ ਕਪਿਲ ਖੰਨਾ ਅਤੇ ਮਮਤਾ ਚੁੱਗ ਦੀ ਪ੍ਰਧਾਨਗੀ ਹੇਠ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ADCP ਸਿਟੀ 1 JS ਵਾਲੀਆ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ DSP ਮਨਮੋਹਨ ਸਿੰਘ ਔਲਖ, ਪੰਜਾਬ ਕੇਸਰੀ ਦੀ ਯੂਨਿਟ ਹੈੱਡ ਸਿੰਪਲ ਖੰਨਾ, ਮਾਨਵ ਸਹਿਦੇਵ, ਗੁਰਿੰਦਰਜੀਤ ਸਿੰਘ ਡਿੰਪੀ, SHO ਮੋਹਿਤ ਕੁਮਾਰ, ਸਪਨਾ ਇਸ ਮੌਕੇ ਤੇ ਗੈਸਟ ਆਫ ਆਨਰ ਸਨ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਕਲਚਰਲ ਇਵੈਂਟ ਦਾ ਆਯੋਜਨ ਕੀਤਾ ਗਿਆ ਅਤੇ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਵਿੱਚ ਸਰਟੀਫਿਕੇਟ ਵੰਡੇ ਗਏ। ਤਰਨ ਤਾਰਨ ਫਰੈਂਚਾਈਜ਼ੀ ਦੇ ਡਾਇਰੈਕਟਰ ਰਮਨਦੀਪ ਢਿੱਲੋਂ, ਦੀਪਕ ਸਮੇਤ ਕਈ ਲੋਕ ਮੌਜੂਦ ਸਨ। ਫਾਸਟਵੇ ਵੱਲੋਂ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇੱਕ ਇੰਨੇ ਸਾਲਾਂ ਤੋਂ ਇਹ ਨੌਜਵਾਨਾਂ ਨੂੰ ਇੱਕ ਰਾਹ ਦੇ ਰਹੇ ਨੇ ਅੱਗੇ ਵਧਣ ਵਾਸਤੇ, ਜ਼ਿੰਦਗੀ 'ਚ ਕਾਮਯਾਬ ਹੋਣ ਵਾਸਤੇ। ਮੈਂ ਇਹਨਾਂ ਨੂੰ ਇਸ ਕੰਮ ਵਾਸਤੇ ਬਹੁਤ ਬਹੁਤ ਵਧਾਈ ਦੇਣਾ। ਅਲੱਗ ਅਲੱਗ ਇੰਸਟੀਚਿਊਟ ਬਣੇ ਨੇ, ਬਹੁਤ ਨੇ, ਲੇਕਿਨ ਇੱਕ ਇਹੋ ਜਿਹਾ ਇੰਸਟੀਚਿਊਟ ਜਾਂ ਤਹਿ ਦਿਲੋਂ ਨਵੇਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਸਹੀ ਰਾਹ ਦੇ ਰਹੇ ਨੇ, ਬਿਨਾਂ ਭਟਕਾਏ, ਬਿਨਾਂ ਕੋਈ ਗਲਤ ਚੀਜ਼ ਦੱਸੇ ਉਹਨਾਂ ਨੂੰ ਸਹੀ ਕੋਰਸਿਸ ਦੇ ਰਹੇ ਨੇ ਤਾਂ ਕਿ ਉਹ ਇੰਡੀਆ ਦੇ ਵਿੱਚ ਵੀ ਅਤੇ ਅਬਰੋਡ ਵੀ ਆਪਣਾ ਕਰੀਅਰ ਬਣਾ ਸਕਣ, ਅੱਗੇ ਵੱਧ ਸਕਣ। ਸੋ ਮੈਂ ਉਹਨਾਂ ਨੂੰ ਇਹਦੇ ਜਿੰਨੇ ਵੀ ਹੈਡਸ ਨੇ, ਮਮਤਾ ਮੈਮ, ਕਪਿਲ, ਸਿੰਪਲ, ਇਹ ਸਾਰੇ ਜਣੇ, ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ।